साल 2020 ਦੇ ਵਿੱਚ ਭਾਰਤ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਲਾਗੂ ਕੀਤੇ ਜਾਂਦੇ ਆ। ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਇੱਕ ਸੰਘਰਸ਼ ਉੱਠਦਾ। ਇਹ ਸੰਘਰਸ਼ ਨਵੰਬਰ ਮਹੀਨੇ ਦੇ ਵਿੱਚ ਇੱਕ ਵੱਡੀ ਤਾਕਤ ਹਾਸਲ ਕਰਦਾ ਜਦੋਂ ਇਹ ਮਾਰਚ ਦੇ ਰੂਪ ਦੇ ਵਿੱਚ ਦਿੱਲੀ ਦਾਖਲ ਹੋਣਾ ਚਾਹੁੰਦਾ। ਉਸ ਨੂੰ ਰੋਕ ਲਿਆ ਜਾਂਦਾ ਹਰਿਆਣਾ ਦੀਆਂ ਹੱਦਾਂ ਦੇ ਉੱਤੇ ਅਤੇ ਉਸ ਉਪਰੰਤ ਇਹ ਜਿਹੜਾ ਕਿਸਾਨ ਮੋਰਚੇ ਦੇ ਰੂਪ ਦੇ ਵਿੱਚ ਇਹ ਹੋਰਾਂ ਸਟੇਟਾਂ ਦੇ ਵਿੱਚ ਪੂਰੇ ਭਾਰਤ ਵਿੱਚ ਇਹ ਸੰਘਰਸ਼ ਫੈਲਦਾ। इस तरह इस संघर्ष दीयां जिहड़ियां पैड़ां ने वो जम्मू कश्मीर की धरती ते भी वेखण नूं मिलियां, जिथे कुछ आगूआं ने इकट्ठे हो के एक इत्थों दा किसान मोर्चा बनाया अते उन्हां ने इत्थे इन्हां खेती कानूनां दे खिलाफ संघर्ष करना शुरू कर दिता। लंघी 22 तरीक नूं 22 फरवरी नूं दो जणां की गिरफ़्तारी जम्मू तो हुंदी आ, एक सिख प्रचारक भाई मिंदर सिंह खालसा अते दूसरे नौजवान भाई मनदीप सिंह। मेरे नाल इस वेले भाई महिंदर सिंह खालसा के भरा सरदार दविंदर सिंह खालसा हाजिर ने, उन्होंने फतेह की सांझ पावां ते फिर उस तो अगे आप गलबात करनी आ। वाहिगुरू जी का खालसा वाहिगुरू जी की फतेह। सब तो पहला ये जानना जरूरी है साढ़े सारे लिए कि महिंदर सिंह खालसा कौन हैं, जिमें कि मेरा नजीवा उन्होंने रहा कि वह सिख प्रचारक ने जम्मू की धरती तो उन्होंने पिछोकड़ जिन्हों की गिरफ्तारी के विरोध में आप गल कर रहे हैं उन्होंने बारे उन्होंने भरा तो जानते हैं। भाई साहब जी अपने लफ्ज़ों के अपने वीर सरदार महिंदर सिंह खालसा बारे दसो। भाई महिंदर सिंह खालसा जी तकरीबन 35-40 साल तो वो कीर्तनिया ने जी और प्रचारक ने जम्मू के तकरीबन असी पहला लुधियाना और उत्थे बहुत समा दुख निवारण साहब सेवा निभा के आए हैं, पुरानी सब्जी मंडी सेवा निभाई, उस तो बाद असी जम्मू के तकरीबन 35-40 साल तो असी कीर्तन के दोए भरा कीर्तन ही करते हैं और इत्थे जदों किसान मोर्चा बनया उन्हां दी मुख सेवा जिहड़ी है भाई महिंदर सिंह जी नूं दित्ती गई ते वह अगवाई करते सन। इत्थे जितने भी अंदोलन किए गए जम्मू दे विच बड़े शांतमई तरीके दे नाल होए ने, ते मैं जे गल करां ते उन्हां दा जीवन जिहड़ा है वह स्पष्ट रहा, बिल्कुल एक तरफा रहा कि वह गुरु चरणां दे नाल जुड़े रहे ने और हमेशा सच की आवाज़ उन्होंने बुलंद की है और सच के मार्ग पर चले ने। ਜਿਹੜਾ ਕਿਸਾਨ ਮੋਰਚਾ ਉਹਨਾਂ ਨੇ ਇੱਥੇ ਬਣਾਇਆ ਯੂਨਾਈਟਿਡ ਸਿੱਖ ਫਰੰਟ ਯੂਨਾਈਟਿਡ ਕਿਸਾਨ ਫਰੰਟ ਜਿਹੜਾ ਉਹਨਾਂ ਦਾ ਨਾਮ ਰੱਖਿਆ ਗਿਆ, ਉਸ ਦੇ ਵਿੱਚ ਤਕਰੀਬਨ 11 ਮੈਂਬਰ, ਮੈਂ ਲਿਸਟ ਵੀ ਪੜ੍ਹੀ ਆ, ਇਹ ਹੋਂਦ 'ਚ ਆਉਣ ਦਾ ਵਿਚਾਰ ਕਿਵੇਂ ਬਣਿਆ? ਹੋਂਦ ਵਿੱਚ ਵਿਚਾਰ ਇਸ ਤਰ੍ਹਾਂ ਜੀ ਕਿ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਦਿੱਲੀ ਦੇ ਵਿੱਚ ਹਰੇਕ ਸਟੇਟ ਤੋਂ ਜਿਹੜੇ ਲੋਕ ਜਾ ਰਹੇ ਸਨ ਔਰ ਇੱਥੇ ਵੀ ਕਿਉਂਕਿ ਅਸੀਂ ਇਸ ਨੂੰ ਲੋੜ ਮਹਿਸੂਸ ਕੀਤੀ ਉਹਨਾਂ ਨੇ ਔਰ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਹੋਰ ਵੀ ਮੁਸਲਮਾਨ ਵੀਰ ਹਿੰਦੂ ਵੀਰ ਸਾਰਿਆਂ ਨੇ ਰਲ ਕੇ ਇੱਕ ਸਿਸਟਮ ਬਣਾਇਆ ਵੀ ਸਾਡੇ ਵੱਲੋਂ ਵੀ ਕੋਈ ਵਫਦ ਜਿਹੜਾ ਉੱਥੇ ਜਾਣਾ ਚਾਹੀਦਾ। ਉਹਦੇ ਵਿੱਚ ਫਿਰ ਇਹ 11 ਮੈਂਬਰੀ ਕਮੇਟੀ ਬਣ ਕੇ ਇਹ ਸਾਰੇ ਫਿਰ ਇੱਥੋਂ ਸੰਗਤ ਨੂੰ ਲੈ ਕੇ ਉੱਥੇ ਗਏ ਨੇ ਔਰ ਤਕਰੀਬਨ 2-3 ਵਾਰ ਇਹਨਾਂ ਨੇ ਉੱਥੇ ਚੱਕਰ ਲਾਇਆ ਅਤੇ ਕੋਈ ਐਸੀ ਗੱਲ ਨਹੀਂ ਸੀ, ਬੜੇ ਵਧੀਆ ਨਾਲ ਸ਼ਾਂਤ ਮਾਹੌਲ ਮੋਰਚੇ ਦੇ ਵਿੱਚ ਇਹ ਸ਼ਾਮਿਲ ਹੋਏ ਨੇ ਔਰ ਉਸ ਤੋਂ ਬਾਅਦ ਕੋਈ ਸਮਝ ਨਹੀਂ ਆਈ ਦਿੱਲੀ ਪੁਲਿਸ ਜੰਮੂ ਪੁੱਜਦੀ ਹੈ ਕਿਵੇਂ ਹੋਈ ਹੈ। ਆਪਾਂ ਉਸ ਗੱਲ 'ਤੇ ਆਉਂਦੇ ਹਾਂ। ਦੱਸ ਦਈਏ ਕਿ ਜਿਵੇਂ ਇੱਕ ਜਿਹੜਾ ਸੰਯੁਕਤ ਕਿਸਾਨ ਮੋਰਚਾ ਦਿੱਲੀ ਵਿੱਚ ਚੱਲ ਰਿਹਾ ਉਹਨਾਂ ਵੱਲੋਂ ਜਿਹੜੀਆਂ ਵੀ ਰੈਗੂਲੇਸ਼ਨਸ ਲੋਕਾਂ ਨੂੰ ਦਿੱਤੀਆਂ ਗਈਆਂ, ਨਿਰਦੇਸ਼ ਦਿੱਤੇ ਜਾਂਦੇ ਰਹੇ, ਉਸ ਦੇ ਉੱਤੇ ਇਹ ਇੱਥੋਂ ਦੇ ਜਿਹੜੇ ਕਿਸਾਨ ਆਗੂ ਨੇ ਜਾਂ ਸਿੱਖ ਆਗੂਆਂ ਦੇ ਰੂਪ ਦੇ ਵਿੱਚ ਵੀ ਇਕੱਠੇ ਹੋਏ ਸਨ, ਉਸ ਗੱਲ 'ਤੇ ਫੁੱਲ ਚੜਾਉਂਦੇ ਰਹੇ, ਚਾਹੇ ਉਹ ਗੱਲ ਕੁਝ ਸਮੇਂ ਲਈ ਰੇਲ ਗੱਡੀਆਂ ਦੀ ਪਟੜੀਆਂ 'ਤੇ ਬਹਿਣ ਦੀ ਹੋਵੇ ਜਾਂ ਸੜਕਾਂ ਦੇ ਉੱਤੇ ਕੁਝ ਘੰਟਿਆਂ ਲਈ ਬਹਿਣਾ ਹੋਵੇ ਜਾਂ ਕੋਈ ਮੋਮਬੱਤੀ ਮਾਰਚ ਹੋਵੇ, ਅਜਿਹੇ ਵੀ ਕਾਰਜ ਇੱਥੇ ਸੰਯੁਕਤ ਰੂਪ ਦੇ ਵਿੱਚ ਇੱਥੋਂ ਦੇ ਸਿੱਖ ਅਤੇ ਜਿਹੜੇ ਆਗੂ ਨੇ ਉਹ ਕਰਦੇ ਰਹੇ। ਗੱਲ ਕਰੀਏ 26 ਤਰੀਕ ਦੀ। 26 ਤਰੀਕ ਦਾ ਹੈ ਕਿ ਜਦੋਂ 26 ਤਰੀਕ ਨੂੰ ਸਿੱਖੀ ਨਾਲ ਜੁੜੇ ਹੋਏ ਅਤੇ ਜਿਨ੍ਹਾਂ ਦੇ ਅੰਦਰ ਸਿੱਖੀ ਤੜਕਦੀ ਹੈ ਉਹਨਾਂ ਨੌਜਵਾਨਾਂ ਨੇ ਲਾਲ ਕਿਲੇ ਦੇ ਉੱਤੇ ਆਪਣਾ ਖਾਲਸਾਈ ਪਰਚਮ ਜਿਹੜਾ ਕੌਮ ਦਾ ਵਾ ਉੱਥੇ ਚਲਾਇਆ। ਆਪਾਂ ਇਸ ਗੱਲ ਬਾਰੇ ਇੱਦਾਂ ਸਾਫ਼ ਤਾਂ ਕਹਿ ਰਹੇ ਹਾਂ ਕਿ ਨਿਸ਼ਾਨ ਸਾਹਿਬ ਕੌਮ ਦਾ ਵਾ, ਲਾਲ ਕਿਲੇ ਦੇ ਉੱਤੇ ਕੋਈ ਨਿਸ਼ਾਨ ਸਾਹਿਬ ਚੜਾਉਣ ਦੀ ਰੋਕ ਨਹੀਂ ਗੀ ਅਤੇ ਉਹਨਾਂ ਨੇ ਕੋਈ ਗਲਤ ਨਹੀਂ ਕੀਤਾ। ਉਸ ਤੋਂ ਬਾਅਦ ਹਕੂਮਤ ਨੇ ਇੱਕ ਬੜਾ ਵੱਖਰਾ ਜਿਹਾ ਰੰਗ ਅਪਣਾਇਆ, ਜਿਵੇਂ ਕਿ ਉਸ ਨੂੰ ਬੜਾ ਇੱਕ ਫਿਰਕੂ ਮਾਹੌਲ ਦਿੱਤਾ ਗਿਆ ਸਿੱਖਾਂ ਦੇ ਖਿਲਾਫ਼। ਭਾਰਤ ਦੇ ਜਿਹੜਾ ਹਿੰਦੂਤਵੀ ਮੀਡੀਆ ਵਾ, ਖਾਸ ਤੌਰ 'ਤੇ ਹਿੰਦੀ ਮੀਡੀਆ, ਉਸ ਨੇ ਇੱਕ ਤਰ੍ਹਾਂ ਦਾ ਜ਼ਹਿਰ ਉਗਲਿਆ ਕਿ ਸਿੱਖਾਂ ਨੂੰ ਬੜਾ ਹਊਆ ਪੇਸ਼ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਦੀਪ ਸਿੱਧੂ ਦੀ ਗ੍ਰਿਫਤਾਰੀ, ਹੋਰ ਗ੍ਰਿਫਤਾਰੀਆਂ ਹੋਈਆਂ। ਉਸ ਤੋਂ ਤਕਰੀਬਨ ਮਹੀਨਾ ਲੰਘ ਚੱਲਿਆ ਸੀ ਤਾਂ ਗੱਲ ਸਮਾਂ ਆਇਆ 22 ਫਰਵਰੀ ਦਾ। 22 ਫਰਵਰੀ ਨੂੰ ਦੋ ਜਣੇ ਇੱਥੋਂ ਜੰਮੂ ਤੋਂ ਦਿੱਲੀ ਪੁਲਿਸ ਚੁੱਕ ਕੇ ਲਿਜਾਂਦੀ ਆ। ਉਹ ਇੱਕ ਨੇ ਭਾਈ ਮਹਿੰਦਰ ਸਿੰਘ ਖਾਲਸਾ ਜਿਹੜੇ ਸਿੱਖ ਪ੍ਰਚਾਰਕ ਅਤੇ ਇੱਕ ਨੌਜਵਾਨ ਭਾਈ ਮਨਦੀਪ ਸਿੰਘ। 26 ਤਰੀਕ ਤੋਂ ਬਾਅਦ ਜਦੋਂ ਇਹ ਦਿਨ ਲੰਘ ਰਹੇ ਸਨ ਅਤੇ ਉਹ ਸਭ ਕੁਛ ਇੱਥੇ ਅਮਨ ਮਾਨ ਨਾਲ ਚੱਲ ਰਿਹਾ ਸੀ। ਬਿਲਕੁਲ। ਅਤੇ
ना तो कोई उत्थे उन्होंने कोई गड़बड़ की आप सारे जानते हैं कि एक जिम्मेवार आगू ने। तो 22 तरीक न की वापरिया 22 फरवरी 2021 जदों तुहाडे भरा नूं इत्थों दिल्ली पुलिस गिरफ़्तार करके लैके जाती है उस दिन की गल दसो उस दिन की होया। भाई साहब अपने काम तो आ रहे सी ते उन्हां नूं तकरीबन 7:30 बजे उन्हां नूं कॉल आउंदी है एस पी दी जिहड़ा साडा साउथ दा एस पी है उन्हें कॉल की कि सरदार साहब मुझे मिल के जाना आपने। उन्होंने कहा कोई गल नहीं जी किसरे मिलना है जी हुणे ही आ जाओ। तो ये 8 बजे एस पी दफ्तर पहुँच जाते हैं तो अगे एस पी आप है नहीं सी रात 8 बजे। हाँ रात 8 बजे ये पुछते हैं उसले एस पी आप है नहीं सी और जान बुझ के उसने लेट करन दे लई वो 2 घंटे लेट पहुँचता। उस तो बाद जो 10 बजते ने भाई साहब का फोन तकरीबन 9 बजे तक ऑन रहा 9 बजे तो बाद इन्ह का जो 9:30 बजे स्विच ऑफ हो जाता है फोन कले गए ने तो 9:30 बजे इन्हों का फोन स्विच ऑफ हो गया। असी एक लड़का है वह भी कीर्तनी है रागी सिंह है उन्होंने फोन किया मैं भाई तू नज़दीक है जाके पता कर भाई साहब गए सी उत्थे एस पी दफ्तर क्योंकि भाई साहब ने सब तो वधिया यह किया कि उन्होंने जान लग्या घर फोन करता अपनी वाइफ नूं कि मैनू एस पी बुला रहा मैं एस पी नूं मिल के आना घर थोड़ा लेट हो जाऊँगा मिल के आना। उन्होंने कहा कोई गल नहीं जाओ। उन्होंने भी हामी भरती और ये चले गए मिलने लिए अगे पता कोई नहीं सी कि एस पी ने अगों टीम मंगाई हुई है दिल्ली तो जदों 10 बजते ने तो 10 बजे इन्हों को मोबाइल खोलिया जाता है और जदों रागी सिंह असी भेजा वह कह लगा जी उन्होंने तो गिरफ़्तार किया हो अंदर बिठाया होया उन्होंने तो सानू पता लग्या तो असी घरों जदों निकलते हैं ठीक 10 बजे सानू पता लगता है 10:10 तो असी जदों थाने पहुँचते हैं तो अगों पता लगता जी वो तो लैके दिल्ली चले गए। एस पी ऑफिस तो थाना एको थाई है एको थाई है बिल्कुल नेड़े ने। बस उन्होंने की किया कि 10 बजे इन्हों इतों लिख लिखा के सारा जगह का नाम दसो कि गांधी नगर जी मेन स्टाफ गांधी नगर और इतें ही थाना है और इतें ही एस पी ऑफिस है। एस पी ने इतने अपना जो भी लिख पढ़ करके उन्होंने उन्होंने हवाले करता और गड्डी इन्हों की गांधी नगर थाने ला के इतों टीम लैके निकल गई। असी जदों तकरीबन अद्धे घंटे च कार्रवाई शुरू होगी नौजवानों जिवें जिवें पता लगता गया नौजवान कट्ठे हो गए सतवारी च काफ़ी तकरीबन कोई 150-200 नौजवान कट्ठा हो गया। मैनू भी फोन आ गया नौजवानों वीरां दे के उस वेले जदों कट्ठे हो रहे सी सारयां तक तकरीबन एक आवाज़ जाती होगी कि वो सी कि भाई महिंदर सिंह नूं चुक लिया गया दिल्ली पुलिस वालों चुक लिया। हाँ जी सारयां नूं पता लग गया भाई दिल्ली पुलिस जिहड़ी है भाई महिंदर सिंह नूं लै गई है तो सारे नौजवान कट्ठे हो गए। नौजवान तो कहन लगे भाई असीं गड्डियां दा पिछा करांगे फिर उन्होंने समझाया भाई नहीं पिछा नहीं कर सकते असीं पुलिस दा क्योंकि खाली हाथ पिछा करना भी माड़ी गल है कोई रस्ते उन्हों का नुकसान हो जाए साडा नुकसान हो जाए वो नहीं करना आपां हुण देखना है कि अगली कार्रवाई किदां करिए उन्हों का पता किदां लवाईए। मुड़ के तकरीबन असी 2 बजे तक सतवारी रहे रात 2 बजे तक असी परेशान सारी फैमिली परेशान सी उधरों मनदीप सिंह की फैमिली भी आ गई वह भी परेशान उन्होंने फोन आ गया जी साडा बेटे नूं भी लैके गए। रात के 2 बजे तक कितनी संगत सी रही थी रात ही 2 बजे तक तकरीबन 150-200 बंदा सी सतवारी चौक। तुहाडी गल रोक के मैं गल दसनी चाहुंदा कि ये सिखां जिहड़े जम्मू के सिख ने इन्हां दा सुभाव आ भारत में सिखां नाल किते भी कुछ वापरे जम्मू का सिख बहुत अणखीला सिख आ मैं दूजा कोई घटा के नहीं पेश कर रहा पर इतने रिएक्ट जिहड़ा बहुत छेती हुंदा। मैं जम्मू दियां सड़कां ते अक्सर विचरदा पिछले 5-7 सालों तो आ रहा इतों के सिख उदा भी चंगे आ एक जिवें मेहमान नवाजी वजों जां कह लो कि तुसीं कितें आओ इत्थे तुसीं पैदल जा रहे होवो तुसीं होवो सिख तो जम्मू के सिख कोई लागों लंघ रहा होवे तुहानूं खुद अपने नाल बिठा लूगा पुछूगा जी कितें जाना। सो ये जिहड़ी गल आ मैं इस करके रोक के दस रहा कि रात के 2 बजे 200-250 की गिणती दे विच सिख नौजवान खास करके उस सड़क दे उत्ते रहे 2 बजे तक कि आपां किस रूप का प्रोटेस्ट करना अगां दी रणनीति की अपनाउणी आ क्योंकि इस जम्मू शहर दे विच भाई महिंदर सिंह खालसा का बहुत सत्कार आ। एक आगू होए आ सरदार कुलदीप सिंह उन्हां दा बड़े रहस्यमई तरीके नाल कतल होया ते कुछ पता ना लग सकिया उह सिखां दी जम्मू दे सिखां दी इक आवाज़ सन। उस तो बाद उस गल नूं अगे कौन तोर रहे सन भाई महिंदर सिंह खालसा। मैं इन्हां बरीक गल्लां नूं बड़ा नेड़ों जानदा क्योंकि मैं इन्हां नाल अक्सर मिलता रहिंदा वां। भाई महिंदर सिंह खालसा की सिखी दे विच बड़ी परिपक्ता वा बड़े सोहणे विचार ने अते सिख सिद्धांतों उत्ते पहरा देण वाले सिख ने। सो अजिहे सिख नूं गिरफ़्तार करना तो उस बारे साडे लई फिर जरूरी हो जांदा कि इहो जिहे सिख दी आवाज़ बुलंद कीती जावे। सो अद्धी रात तो बाद जदों तकरीबन 2 बजे तक सिख उत्थे रहे फिर अगे की गल चली 2 बजे तकरीबन 1500-1800
पुलिस के जवान जेडे गड्डियां भर भर के बसा भर भर के उत्ते सानू देख के उत्ते पहुँच गए। अच्छा, एक बड़ा जमावड़ा लग गया, बहुत बड़ा तकरीबन, क्योंकि जेड़ा भी सिंह उत्थों लंघ रहा सी, जा हिंदू वीर लंघ रहा सी, मुसलमान वीर लंघ रहा सी, जिसनों भी पता लगता सी वही अपनी गड्डी उत्थे साइड ते ला के साडे नाल आ के खड़ जांदा सी। करदिया करदिया 250-250 बंदा जदों हो गया ते थोड़ी देर बाद ही कुछ मिंटा सकिंटा दे विच ही तकरीबन बसा भर भर के पुलिस दियां आउणियां शुरू हो गईयां। जदों पुलिस काफ़ी देखी असी तैनात हो गई, असी सोचिया भई रात नूं इसलिए साडी अप्रोच भी नहीं है और इसलिए असी किसे तक अपनी आवाज़ भी बुलंद नहीं कर सकते पहुँचा सकते, भई ऐसा ना होवे नौजवान किते भड़क पैण, आपस विच हथोपाई हो जाए, किसी का साडा नुकसान हो जाए जां उहनां दा नुकसान हो जाए। इस गल नूं विचारदिआं असी 2-4 गुरु के सिख जिहड़े ਵੱਡੀ ਉਮਰ ਦੇ ਸਨ, ਸਿਆਣੇ ਸਨ, ਉਹਨਾਂ ਨੂੰ ਪਾਸੇ ਕਰਕੇ ਉਹਨਾਂ ਨੂੰ ਪੁੱਛਿਆ ਗਿਆ, ਮੈਂ ਭਾਈ ਨੌਜਵਾਨ ਤਾਂ ਭੜਕ ਚੁੱਕੇ, ਭਾਈ ਇਹਨਾਂ ਨੂੰ ਰੋਕਣਾ ਬੜਾ ਮੁਸ਼ਕਲ ਹੋ ਜਾਣਾ ਜੇ ਹੋਰ ਥੋੜ੍ਹਾ ਸਮਾਂ ਆਪਾਂ ਇੱਥੇ ਰੁਕੇ ਹਾਂ। ਭਾਵੇਂ ਰਾਤ ਸੀ ਪਰ ਨੌਜਵਾਨਾਂ ਦੇ ਵਿੱਚ ਪੂਰਾ ਜੋਸ਼ ਸੀ ਔਰ ਹਰ ਇੱਕ ਨੌਜਵਾਨ ਇਹ ਗੱਲ ਕਹਿ ਰਿਹਾ ਸੀ ਕਿ ਭਾਈ ਸਾਹਿਬ ਉਹ ਕੀਰਤਨੀਏ ਨੇ ਔਰ ਤੁਸੀਂ ਵੀ ਕੀਰਤਨੀ ਹੋ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ, ਅਸੀਂ ਹੁਣ ਤੋਂ ਬਾਅਦ ਆਪਾਂ ਇੱਥੋਂ ਕੋਈ ਗੱਡੀ ਨਹੀਂ ਲੰਘਣ ਦੇਣੀ, ਚੱਕਾ ਜਾਮ ਕਰਨਾ ਹੁਣ ਤੋਂ ਹੀ ਕਰਨਾ। ਫਿਰ ਮੈਂ ਉਹਨਾਂ ਨੂੰ ਸਮਝਾ ਕੇ ਉਹਨਾਂ ਨੂੰ ਬੜੇ ਪਿਆਰ ਅਦਬ ਸਤਿਕਾਰ ਦੇ ਨਾਲ ਸਮਝਾਇਆ ਵੀ ਇਸ ਲਈ ਸਾਡੀ ਆਵਾਜ਼ ਸੁਣਨ ਵਾਲਾ ਕੋਈ ਨਹੀਂ, ਨਾ ਕਿਸੇ ਮੀਡੀਆ ਨੇ ਰਾਤ ਨੂੰ ਪਹੁੰਚਣਾ, ਕਿਸ ਨੂੰ ਸੱਦਾਂਗੇ, ਸਾਡੇ ਕੋਲ ਇਸ ਲਈ ਫੋਨ ਨੰਬਰ ਨਹੀਂ ਹੈਗੇ, ਅਸੀਂ ਪਰੇਸ਼ਾਨ ਹਾਂ। ਇਸ ਕਰਕੇ ਸਵੇਰ ਦਾ ਜਿਹੜਾ ਅਸੀਂ ਫਿਰ ਦੂਸਰੇ ਦਿਨ ਦਾ ਸਵੇਰ ਦਾ ਟਾਈਮ ਰੱਖ ਕੇ ਸਾਰੇ ਨੌਜਵਾਨ ਨੂੰ ਹੱਥ ਜੋੜ ਕੇ ਬੇਨਤੀਆਂ ਕਰਕੇ ਸਾਰਿਆਂ ਨੂੰ ਘਰੋਂ ਘਰੀ ਭੇਜਿਆ। ਤਕਰੀਬਨ 2:30 ਮੈਂ ਉਸ ਦਿਨ ਰਾਤ ਨੂੰ ਘਰ ਪਹੁੰਚਿਆ ਅਤੇ ਮੁੜ ਕੇ ਦੂਜੇ ਦਿਨ ਅਸੀਂ 11 ਦਾ ਟਾਈਮ ਜਿਹੜਾ ਰੱਖਿਆ ਸੀ ਡਿਗਿਆਣਾ ਕੈਂਪ ਵਿਖੇ ਧਰਨਾ ਲਾਉਣ ਦਾ, ਰੋਡ ਬਲਾਕ ਕਰਨ ਦਾ, ਫਿਰ ਦੂਜੇ ਦਿਨ ਅਸੀਂ ਉੱਥੇ ਜਾ ਕੇ ਉੱਥੇ। ਹਾਂਜੀ, ਉਹ ਪ੍ਰੋਟੈਸਟ ਦੀਆਂ ਤਸਵੀਰਾਂ ਜਾਂ ਵੀਡੀਓਜ਼ ਮੇਰੇ ਤੱਕ ਵੀ ਪਹੁੰਚੀਆਂ। ਉੱਥੇ ਗੱਲ ਹੋਈ ਸੀ, ਇੱਥੋਂ ਜੰਮੂ ਦੇ ADC ਨੇ ਇੱਕ ਭਰੋਸਾ ਦਿੱਤਾ ਸੀ ਕਿ 2 ਦਿਨਾਂ ਬਾਅਦ ਕੁਛ ਕਰਾਂਗੇ ਉਹਨਾਂ ਬਾਰੇ, ਉਹ ਭਰੋਸਾ ਕੀ ਸੀ? ਉਹ ਵੀ ਸਾਡਾ ਜੀ, ਉਹਨਾਂ ਨੇ ਕੋਈ ਮਤਲਬ ਕਿ ਇੱਕ ਧਰਨਾ ਸਾਡਾ ਚੁੱਕਣ ਦਾ ਹੀ ਇੱਕ ਉਹਨਾਂ ਦਾ ਗੱਲ ਸੀ, ਤਰੀਕਾ ਸੀ ਉਠਾਉਣ ਦਾ, ਕਿਉਂਕਿ ਉਹਨਾਂ ਨੇ ਸਾਨੂੰ ਜੋ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਉਹਦੇ 'ਤੇ ਉਹ ਉਤਰੇ ਕੋਈ ਨਹੀਂ। ਹਾਂ, ਇੱਕ ਕਮਿਟਮੈਂਟ 'ਤੇ ਉਹ ਪੂਰੇ ਉਤਰੇ ਨੇ, ਉਹ ਜਿਹੜੀ ਹੈ ਉਹਨਾਂ ਨੇ ਕਿਹਾ ਸੀ ਕਿ ਅਸੀਂ ਰਾਤ ਤੱਕ ਤੁਹਾਡੀ, ਅਸੀਂ ਉਹਨਾਂ ਨੂੰ 2 ਸ਼ਰਤਾਂ ਰੱਖੀਆਂ ਸੀ ਭਾਈ ਨੌਜਵਾਨ ਇਸ ਲਈ ਅਸੀਂ ਉਠਾ ਸਕਦੇ ਹਾਂ, ਜੇ ਬਾਅਦ ਵਿੱਚ ਨੌਜਵਾਨ ਭੜਕ ਗਏ ਤਾਂ ਇਹਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ। ਅਤੇ ਫਿਰ ਅਸੀਂ ਉਹਨਾਂ ਨੂੰ ਕਿਹਾ ਸੀ ਭਾਈ ਸਾਡੀਆਂ 2 ਸ਼ਰਤਾਂ ਮੰਨ ਲਓ, ਇੱਕ ਤਾਂ ਦੋਨਾਂ ਭਾਈ ਮਹਿੰਦਰ ਸਿੰਘ ਖਾਲਸਾ ਅਤੇ ਮਨਦੀਪ ਸਿੰਘ ਦੋਨਾਂ ਦੀ ਗੱਲ ਪਰਿਵਾਰਾਂ ਨਾਲ ਕਰਾਈ ਜਾਏ, ਭਾਈ ਉਹ ਕੈਸੇ ਨੇ ਸਾਨੂੰ ਪਤਾ ਲੱਗੇ ਕਿੱਥੇ ਨੇ ਅਤੇ ਕਿਵੇਂ ਨੇ ਸਾਡੀ ਗੱਲ ਕਰਵਾਓ। ਉਸ ਦਾ ਇੱਕ ਕਾਰਨ ਇਹ ਵੀ ਹੁੰਦਾ ਕਿ ਇਹਨਾਂ ਉੱਤੇ ਤਸ਼ੱਦਦ ਨਟਾਇਆ ਜਾ ਰਿਹਾ। ਹਾਂਜੀ ਹਾਂਜੀ, ਉਹ ਫਿਰ ਉਸ ਕਰਕੇ ਅਸੀਂ ਜਦੋਂ ਉਹਨਾਂ ਨੂੰ ਇਹ ਗੱਲ, ਉਹਨਾਂ ਨੇ ਸਾਡੀ ਸ਼ਰਤ ਮੰਨ ਲਈ, ਦੂਜੀ ਸ਼ਰਤ ਅਸੀਂ ਰੱਖੀ ਸੀ ਕਿ 2 ਦਿਨਾਂ ਦੇ ਅੰਦਰ ਅੰਦਰ ਸਾਨੂੰ ਉਹਨਾਂ ਨੂੰ ਵਾਪਸ ਜੰਮੂ ਲਿਆਂਦਾ ਜਾਏ, ਜੇ ਉਹਨਾਂ 'ਤੇ ਕੋਈ ਕੇਸ ਬਣਦਾ ਤਾਂ ਤੁਸੀਂ ਜੰਮੂ ਕੇਸ ਚਲਾਓ, ਅਸੀਂ ਕੇਸ ਭੁਗਤਣ ਲਈ ਤਿਆਰ ਹਾਂ। ਪਰ ਸਾਡਾ ਉੱਥੇ ਸਾਡਾ ਕੋਈ ਖਾਤਾ ਨਹੀਂ ਹੈ, ਜੰਮੂ ਸਾਡਾ ਜਾਣ ਦਾ ਕੋਈ ਸਿਸਟਮ ਨਹੀਂ ਹੈ, ਦਿੱਲੀ ਜਾਣ ਦਾ ਕੋਈ ਸਿਸਟਮ ਨਹੀਂ ਹੈ, ਇਸ ਕਰਕੇ ਉਹਨਾਂ ਨੂੰ ਇੱਥੇ ਲਿਆਂਦਾ ਜਾਏ। ਪਰ ਉਹ ਜਿਹੜਾ ਉਸ ਵਚਨ 'ਤੇ ਉਹ ਪੂਰੇ ਨਹੀਂ ਉਤਰੇ ਔਰ ਉੱਥੇ ਫਿਰ ਅਸੀਂ ਤਕਰੀਬਨ ਮੇਰਾ ਖਿਆਲ ਹੈ 3:30 ਤੱਕ ਧਰਨਾ ਰਿਹਾ ਔਰ ਬਹੁਤ ਸਫਲਤਾਪੂਰਵਕ ਰਿਹਾ। 600-700 ਬੰਦਾ ਉੱਥੇ ਸਾਡੇ ਕੋਲ ਸੀ ਤਕਰੀਬਨ, ਹੋਰ ਜਿਹੜੇ ਵੀ ਜਿਤਨੇ ਵੀ ਤਕਰੀਬਨ ਲਾਸਟ ਧਰਨਾ ਮੁੱਕਣ ਤੱਕ ਤਕਰੀਬਨ 1.5-2 ਹਜ਼ਾਰ ਬੰਦਾ ਉੱਥੇ ਇਕੱਠਾ ਸੀ। ਫਿਰ ਉਹਨਾਂ ਨੂੰ ਅਸੀਂ ਇਹਨਾਂ ਦੇ ਕਹਿਣ 'ਤੇ, ਫਿਰ ਸਗਾ ਨੌਜਵਾਨ ਉੱਥੋਂ ਵੀ ਨਹੀਂ ਸੀ ਉੱਠ ਰਹੇ, ਉਹਨਾਂ ਕਿਹਾ ਜੀ ਨਹੀਂ ਅਸੀਂ ਰੈਗੂਲਰ ਕਰਾਂਗੇ। ਅਤੇ ਅਸੀਂ ADC ਸਾਹਿਬ ਦੇ ਇੱਕ ਆਸ਼ਵਾਸਨ ਦੇਣ 'ਤੇ ਕਿ ਭਾਈ ਠੀਕ ਹੈ ਅਸੀਂ ਤੁਹਾਡੇ ਵਚਨ ਮੰਨਦੇ ਹਾਂ, ਤੁਸੀਂ ਸਾਡੇ ਕੋਲ ਆਓ, ਸਾਨੂੰ ਲਿਖਤੀ ਰੂਪ 'ਚ ਦਿਓ, ਫਿਰ ਸਾਰੇ ਵੀਰਾਂ ਨੇ ਜਾ ਕੇ ਉੱਥੇ ਲਿਖ ਕੇ ਦਿੱਤਾ ਉਹਨਾਂ ਨੂੰ, ਉਹਨਾਂ ਨੇ ਸ਼ਾਮ ਨੂੰ ਸਾਡੇ ਨਾਲ ਗੱਲ ਕਰਵਾਈ ਭਾਈ ਸਾਹਿਬ। ਇਸ ਤੋਂ ਬਾਅਦ ਫਿਰ ਜਿਵੇਂ ਕਿ ਉਹਨਾਂ ਨੂੰ ਦਿੱਲੀ ਲਿਜਾਇਆ ਗਿਆ, ਫਿਰ ਗੱਲ ਕਦੋਂ ਹੋਈ ਪਰਿਵਾਰ ਦੀ ਉਹਨਾਂ ਨਾਲ? ਜਦੋਂ ਦਿੱਲੀ ਲਿਜਾਇਆ ਗਿਆ ਜੀ, ਉਸ ਤੋਂ ਬਾਅਦ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਉਹਨਾਂ ਦੀ। ਉਸ ਦਿਨ ਫਿਰ ਉਹਨਾਂ ਦੀ ਗੱਲ ਸਾਡੀ ਹੋਈ ਹੈ ਤਕਰੀਬਨ 2 ਦਿਨਾਂ ਬਾਅਦ, ਉਹਨੇ ਸਾਡੇ ਕੋਲੋਂ ਜਿਹੜਾ IUC ਦਿੱਲੀ ਦਾ, ਉਹਨੇ ਸਾਡੇ ਤੋਂ ਉਹਨਾਂ ਦੇ ਕੱਪੜੇ ਤਕਰੀਬਨ 24 ਤਰੀਕ ਨੂੰ ਗੱਲ, ਹਾਂ 24 ਤਰੀਕ ਨੂੰ ਉਹਨਾਂ ਨੇ ਸਾਡੇ 22 ਨੂੰ ਲੈ ਗਏ, 24 ਨੂੰ ਉਹਨਾਂ ਦਾ ਫੋਨ ਆਇਆ ਜੀ ਕਿ ਤੁਸੀਂ ਆਹ ਗੱਲ ਕਰੋ ਜੀ। ਮਹਿੰਦਰ ਸਿੰਘ ਹੋਰਾਂ ਨਾਲ ਗੱਲ ਕਰਵਾਈ, ਫਤਿਹ ਹੋਈ, ਬਸ ਕੋਈ 2-4 ਸਕਿੰਟ ਦੀ ਗੱਲ ਸੀ, ਉਹਨਾਂ ਨੇ ਫਤਿਹ ਕਰਕੇ ਕਹਿਣ ਲੱਗੇ ਮੈਂ ਚੜ੍ਹਦੀ ਕਲਾ 'ਚਾਂ ਅਤੇ ਤੁਸੀਂ ਆਪਣਾ ਧਿਆਨ ਰੱਖਣਾ, ਭਾਈ ਪਰੇਸ਼ਾਨ ਨਹੀਂ ਹੋਣਾ। ਅਤੇ ਉਹਨਾਂ ਦਾ ਰਿਮਾਂਡ ਕਿੰਨੇ ਦਿਨ ਦਾ ਰਿਹਾ? ਉਹਨਾਂ ਦਾ ਰਿਮਾਂਡ 4 ਦਿਨ ਦਾ ਸੀ ਅਤੇ ਫਿਰ ਉਹਨਾਂ ਦਾ ਰਿਮਾਂਡ ਤਕਰੀਬਨ 27 ਤਰੀਕ ਤੱਕ ਦਾ ਸੀ ਅਤੇ ਅਸੀਂ ਇੱਥੋਂ ਚੱਲੇ। ਉਹਨੇ ਦਿਨ ਹੀ ਮਨਦੀਪ ਸਿੰਘ ਦਾ ਇਕੱਠਿਆਂ ਦਾ ਹੀ ਸੀ, ਹਾਂ ਉਹਨਾਂ ਹੀ ਦਿਨ ਉਹਨਾਂ ਦਾ ਸੀ। ਮੁੜ ਕੇ ਅਸੀਂ ਜਦੋਂ 25 ਤਰੀਕ ਨੂੰ ਮੈਂ ਦਿੱਲੀ ਪੁੱਜਿਆ, 25 ਤਰੀਕ ਨੂੰ ਅਸੀਂ ਰਾਤੋ ਰਾਤ ਦਿੱਲੀ ਪੁੱਜ ਗਏ, 26 ਤਰੀਕ ਸਵੇਰੇ ਜਾ ਕੇ ਫਿਰ ਅਸੀਂ ਜਦੋਂ ਉੱਥੋਂ ਲੈ ਕੇ ਆਪਣਾ ਸਰਸਾ ਸਾਹਿਬ ਨੇ ਸਾਨੂੰ ਵਕੀਲ
दिते वकीलों के नाल असी फिर जाके कपड़े और उन्होंने गड्डी जी असी उन्होंने पुलिस से सपुरद की मुड़ के फिर जड़ा शाम नू उन्हें सानू काफ़ी हिरासत किया उत्थे तकरीबन चार घंटे पर यह है कि कुल मिला के साडा जड़ा दिल्ली का सफ़र सी वो सफल इस करके रहा मैं समझदा कि शाम नू साडी तकरीबन 26 तरीक नू शाम नू साडी मुलाकात होगी उन्होंने नाल जी भाई साहब ਦੇ ਨਾਲ ਮੁਲਾਕਾਤ ਹੋਈ ਅਸੀਂ ਚਲੋ ਉਹਨਾਂ ਨੂੰ ਦੇਖ ਕੇ ਸਾਹਮਣੇ ਦੇਖ ਕੇ ਕਿਉਂਕਿ ਫੋਨ 'ਤੇ ਗੱਲ ਕੀਤੇ ਆ ਵੀ ਸਾਨੂੰ ਮਹਿਸੂਸ ਨਹੀਂ ਸੀ ਹੋ ਰਿਹਾ ਅਤੇ ਜਦੋਂ ਉਹਨਾਂ ਨੂੰ ਅਸੀਂ ਸਾਹਮਣੇ ਦੇਖਿਆ ਵੀ ਸਾਨੂੰ ਲੱਗਿਆ ਵੀ ਬੰਦੇ ਸਾਡੇ ਠੀਕ ਹੈ ਜੀ ਜੀ ਅੱਛਾ ਇੱਕ ਗੱਲ ਆਪਾਂ ਸਾਰੇ ਵੇਖ ਰਹੇ ਹਾਂ ਕਿ ਜਦੋਂ ਤੋਂ ਕਿਸਾਨ ਸੰਘਰਸ਼ ਦੇ ਵਿੱਚ ਸਿੱਧੇ ਤੌਰ 'ਤੇ ਗ੍ਰਿਫਤਾਰੀਆਂ ਹੋਣੀਆਂ ਸ਼ੁਰੂ ਹੋਈਆਂ ਇੱਕ ਚੰਗੀ ਭੂਮਿਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੀ ਵੇਖਣ ਨੂੰ ਆ ਰਹੀ ਆ ਜਦੋਂ ਉਹਨਾਂ ਦੀ ਸਿਫਤ ਵਿੱਚ ਕੁਝ ਲਫ਼ਜ਼ ਲਿਖੇ ਜਾਂਦੇ ਆ ਤਾਂ ਕਿਸੇ ਸਮੇਂ ਸਾਡੇ ਉਹਨਾਂ ਨਾਲ ਵਿਚਾਰਕ ਵੱਖਰੇਵੇਂ ਰਹਿੰਦੇ ਆ ਅਤੇ ਵੱਖ ਵੱਖ ਟਿੱਪਣੀਆਂ ਆਉਂਦੀਆਂ ਭਾਈ ਮਹਿੰਦਰ ਸਿੰਘ ਖਾਲਸਾ ਦੇ ਭਰਾ ਸਰਦਾਰ ਦਵਿੰਦਰ ਸਿੰਘ ਖਾਲਸਾ ਇਸ ਵੇਲੇ ਮੇਰੇ ਨਾਲ ਨੇ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਕਿ ਦਿੱਲੀ ਕਮੇਟੀ ਜਾਂ ਕਹਿ ਲਓ ਸਰਦਾਰ ਮਨਜਿੰਦਰ ਸਿੰਘ ਸਿਰਸਾ ਦਾ ਭਾਈ ਮਹਿੰਦਰ ਸਿੰਘ ਦੀ ਇਸ ਕੇਸ ਪੈਣ ਉੱਤੇ ਕਿਵੇਂ ਦੀ ਭੂਮਿਕਾ ਚੱਲ ਰਹੀ ਆ ਉਹਨਾਂ ਨੇ ਬਹੁਤ ਵਧੀਆ ਜੀ ਸਾਡੇ ਨਾਲ ਕਿਉਂਕਿ ਜਦੋਂ ਅਸੀਂ ਪਹੁੰਚੇ ਹਾਂ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਸਾਨੂੰ ਦੋ ਚਾਰ ਵਾਰ ਘਰ ਫੋਨ ਕਰਕੇ ਸਾਨੂੰ ਕਿਹਾ ਤੁਸੀਂ ਇੱਧਰ ਸਾਨੂੰ ਤੁਹਾਨੂੰ ਆਉਣ ਦੀ ਲੋੜ ਨਹੀਂ ਹੈਗੀ ਟੈਨਸ਼ਨ ਨਹੀਂ ਕਰਨੀ ਅਸੀਂ ਕੇਸ ਲੜਾਂਗੇ ਅਸੀਂ ਸਾਰਾ ਸਿਸਟਮ ਸੰਭਾਲਾਂਗੇ ਅਤੇ ਫਿਰ ਵੀ ਅਸੀਂ ਉਹਨਾਂ ਨੂੰ ਕਿਹਾ ਨਹੀਂ ਅਸੀਂ ਇੱਕ ਵਾਰ ਉਹਨਾਂ ਨੂੰ ਦੇਖਣਾ ਚਾਹੁੰਦੇ ਹਾਂ ਉਹਨਾਂ ਨੇ ਸਾਨੂੰ ਕਿਹਾ ਜੀ ਠੀਕ ਹੈ ਤੁਸੀਂ ਆ ਜਾਓ ਫਿਰ ਅਸੀਂ ਫੈਮਿਲੀ ਮੈਂਬਰ ਗਏ ਤਕਰੀਬਨ ਦੋ ਮੈਂਬਰ ਮਨਦੀਪ ਸਿੰਘ ਦੇ ਗਏ ਤਿੰਨ ਅਸੀਂ ਇੱਧਰੋਂ ਗਏ ਅਤੇ ਅਸੀਂ ਜਦੋਂ ਜਾ ਕੇ ਉਹਨਾਂ ਕੋਲ ਪੁੱਜੇ ਹਾਂ ਦੁਪਹਿਰ ਨੂੰ ਅਤੇ 2 ਵਜੇ ਉਹਨਾਂ ਨੇ ਸਾਡੇ ਨਾਲ ਵਕੀਲ ਸਾਹਿਬ ਭੇਜਤੇ ਔਰ ਵਕੀਲ ਸਾਹਿਬ ਨੂੰ ਲੈ ਕੇ ਜਦੋਂ ਅਸੀਂ ਉੱਥੇ ਗਏ ਮੁੜ ਕੇ ਸ਼ਾਮੀ ਵਾਪਸ ਆਉਣ ਤੋਂ ਬਾਅਦ ਵੀ ਉਹਨਾਂ ਨੇ ਸਾਡੇ ਨਾਲ ਬੜਾ ਬਹੁਤ ਵਧੀਆ ਤਰੀਕੇ ਨਾਲ ਸਾਡੇ ਨਾਲ ਉਹਨਾਂ ਨੇ ਪੇਸ਼ ਆਏ ਉਹਨਾਂ ਨੇ ਵਧੀਆ ਤਰੀਕੇ ਨਾਲ ਸਾਨੂੰ ਸਮਝਾਇਆ ਕਿ ਭਾਈ ਸਾਹਿਬ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਲੱਗੇ ਹਾਂ ਔਰ ਅਸੀਂ ਇੱਕ ਹਫ਼ਤੇ ਦੇ ਅੰਦਰ ਅੰਦਰ ਅਸੀਂ ਉਹਨਾਂ ਨੂੰ ਬੇਲ 'ਤੇ ਰਿਹਾਅ ਕਰਵਾ ਲਵਾਂਗੇ ਬਾਕੀ ਪੂਰਾ ਕੇਸ ਅਸੀਂ ਲੜਾਂਗੇ ਉਹਨਾਂ ਨੇ ਬਹੁਤ ਵਧੀਆ ਜਿਹੜੀ ਉੱਥੇ ਟੀਮ ਇਸ ਲਈ ਲੀਗਲ ਟੀਮ ਬੈਠੀ ਹੈ ਉਹਨਾਂ ਦੇ ਵਿੱਚ ਸਰਦਾਰ ਜਗਦੀਪ ਸਿੰਘ ਜੀ ਕਾਹਲੋਂ ਉਹ ਬਹੁਤ ਅਣਥੱਕ ਸੇਵਾ ਕਰ ਰਹੇ ਨੇ ਜਿਤਨੇ ਵੀ ਵਕੀਲ ਨੇ ਤਕਰੀਬਨ ਮੈਂ ਦੇਖਿਆ ਭਾਈ ਕੋਈ ਵੀ ਵਕੀਲ ਐਸਾ ਨਹੀਂ ਹੈ ਤਕਰੀਬਨ ਰਾਤ ਨੂੰ ਤਕਰੀਬਨ 12-1 ਵਜੇ ਤੱਕ ਉਹ ਗੁਰਦੁਆਰਾ ਸਾਹਿਬ ਰਕਾਬਗੰਜ ਸਾਹਿਬ ਬੈਠੇ ਨੇ ਉਹ ਸਾਡੀ ਸੁਣਦੇ ਨੇ ਸਾਡੀ ਗੱਲ ਸੁਣਦੇ ਨੇ ਔਰ ਬਹੁਤ ਸਾਰੇ ਕੇਸ ਜਿਹੜੇ ਪੰਜਾਬ ਤੋਂ ਕਰਨਾਲ ਤੋਂ ਹਰਿਆਣੇ ਤੋਂ ਹੋਰ ਕਈ ਕਈ ਸਟੇਟਾਂ ਤੋਂ ਜਿਹੜੇ ਕੇਸ ਉਹ ਸਾਰੇ ਉਹ ਹੈਂਡਓਵਰ ਉਹਨਾਂ ਦੇ ਨੇ ਔਰ ਉਹ ਕੇਸ ਲੜ ਰਹੇ ਨੇ ਔਰ ਬਹੁਤ ਵਧੀਆ ਉਪਰਾਲਾ ਉਹਨਾਂ ਦਾ ਔਰ ਮੈਂ ਉਹਨਾਂ ਦਾ ਵੀ ਤੁਹਾਡੇ ਚੈਨਲ ਰਾਹੀਂ ਮੈਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਔਰ ਬਹੁਤ ਵਧੀਆ ਕੰਮ ਉਹ ਕਰ ਰਹੇ ਨੇ ਤਕਰੀਬਨ ਇੱਥੋਂ ਜਾ ਕੇ ਅਸੀਂ ਉਹ ਕੰਮ ਨਹੀਂ ਸੀ ਕਰ ਸਕਦੇ ਜੋ ਸਾਡੇ ਉਹਨਾਂ ਨੇ ਉੱਥੇ ਸੰਭਾਲੇ ਨੇ ਸਾਰੀ ਜ਼ਿੰਮੇਵਾਰੀ ਉਹਨਾਂ ਨੇ ਸੰਭਾਲੀ ਮੈਂ ਉਹਨਾਂ ਦਾ ਧੰਨਵਾਦੀ ਹਾਂ ਤੋ ਜੀ ਜਦੋਂ ਤੁਸੀਂ ਮੁਲਾਕਾਤ ਭਾਈ ਮਹਿੰਦਰ ਸਿੰਘ ਖਾਲਸਾ ਨਾਲ ਕੀਤੀ ਆ ਇਹ ਮੁਲਾਕਾਤ ਜੇਲ੍ਹ ਦੇ ਵਿੱਚ ਹੋਈ ਆ ਕਿ ਜਾਂ ਥਾਣੇ 'ਚ ਇਹ ਥਾਣੇ ਵਿੱਚ ਹੋਈ ਹੈ ਜੀ ਥਾਣੇ ਵਿੱਚ ਇੱਕ ਵਾਰ ਹੋਈ ਆ ਕਿ ਵਧੇਰੇ ਇੱਕ ਤੋਂ ਵਧੇਰੇ ਨਹੀਂ ਇੱਕੋ ਵਾਰ ਹੋਈ ਹੈ ਅਤੇ ਤੁਸੀਂ ਪੁੱਛਿਆ ਕਿ ਕੋਈ ਕਿਸੇ ਤਰ੍ਹਾਂ ਦਾ ਤਸ਼ੱਦਦ ਆਇਆ ਉਹਨਾਂ ਨੇ ਕਿਹਾ ਨਹੀਂ ਬਿਲਕੁਲ ਅਸੀਂ ਸੇਫ ਹਾਂ ਕੋਈ ਐਸੀ ਗੱਲ ਨਹੀਂ ਹੈ ਸਿਰਫ ਉੱਥੇ ਦਾ ਥੋੜ੍ਹਾ ਤੁਹਾਨੂੰ ਪਤਾ ਹੈ ਥਾਣੇ ਦੇ ਵਿੱਚ ਰਹਿਣ ਦਾ ਜਿਹੜਾ ਉਹ ਪ੍ਰੋਬਲਮ ਆਉਂਦੀ ਹੈ ਜਦੋਂ ਉਹ ਆਪਣਾ ਉਹ ਰੱਖਦੇ ਨੇ ਉਹਦੇ ਵਿੱਚ ਹਵਾਲਾਤ ਦੇ ਵਿੱਚ ਉੱਥੇ ਦਾ ਸਿਸਟਮ ਠੀਕ ਨਹੀਂ ਹੁੰਦਾ ਪਰ ਇੱਕ ਕੀਰਤਨੀ ਵਾਸਤੇ ਉਹ ਜਗ੍ਹਾ ਵਿੱਚ ਬੈਠਣਾ ਹੀ ਬੜਾ ਔਖਾ ਹੁੰਦਾ ਪਰ ਉੱਥੇ ਰਾਤ ਨੂੰ ਸੋਣਾ ਉਹ ਤਾਂ ਬਹੁਤ ਵੱਡੀ ਦਿੱਕਤ ਵਾਲੀ ਗੱਲ ਸੀ ਪਰ ਸਤਿਗੁਰੂ ਨੇ ਕਿਰਪਾ ਕੀਤੀ ਹੈ ਉਸ ਤੋਂ ਮੁਕਤੀ ਮਿਲੀ ਹੈ ਉਹਨਾਂ ਨੂੰ ਔਰ ਹੁਣ ਉਹ ਤਿਹਾੜ ਜੇਲ੍ਹ ਵਿੱਚ ਨੇ ਜੀ ਅਤੇ ਫਿਰ ਜ਼ਮਾਨਤ ਦਾ ਕਦੋਂ ਅਪਲਾਈ ਕੀਤਾ ਜਾ ਰਿਹਾ ਜ਼ਮਾਨਤ ਦਾ ਸਿਰਸਾ ਸਾਹਿਬ ਨੇ ਕਿਹਾ ਸੀ ਹੋ ਸਕਦਾ ਉਹ ਕੱਲ੍ਹ ਨੂੰ ਮੰਗਲਵਾਰ ਜਾਂ ਪਰਸੋਂ ਬੁੱਧਵਾਰ ਨੂੰ ਉਹ ਬੇਲ ਪਾ ਦੇਣਗੇ ਜੀ ਜੀ ਤਕਰੀਬਨ 2 ਜਾਂ 3 ਮਾਰਚ 2021 ਨੂੰ ਜ਼ਮਾਨਤ ਲਈ ਅਪਲਾਈ ਕੀਤਾ ਜਾ ਸਕਦਾ ਹੁਣ ਇਸ ਤੋਂ ਅੱਗੇ ਆਪਾਂ ਗੱਲ ਕਰੀਏ ਕਿ ਮਨਦੀਪ ਸਿੰਘ ਨੂੰ ਮਿਲੇ ਹੋ ਤੁਸੀਂ ਮਨਦੀਪ ਸਿੰਘ ਨੂੰ ਵੀ ਮਿਲੇ ਜੀ ਉਹਨਾਂ ਦਾ ਕੀ ਹਾਲ ਹੈ ਉਹ ਵੀ ਠੀਕ ਨੇ ਚੜ੍ਹਦੀ ਕਲਾ 'ਚ ਨੇ ਉਹਨਾਂ ਵੀ ਕਿਹਾ ਵੀ ਮੇਰੀ ਮਦਰ ਦਾ ਧਿਆਨ ਰੱਖਿਓ ਥੋੜ੍ਹਾ ਬਾਕੀ ਸਾਰਾ ਸਿਸਟਮ ਠੀਕ ਹੈ ਉਹਨਾਂ ਦਾ ਵੀ ਉਹ ਵੀ ਵਧੀਆ ਨੇ ਜੀ ਜਿਹੜੀਆਂ ਧਰਾਵਾਂ ਲਾਈਆਂ ਧਰਾਵਾਂ ਦੇ ਵਿੱਚ 307 ਵਰਗਾ ਮੁਕੱਦਮਾ ਦਰਜ ਹੋਇਆ ਹਾਂਜੀ ਅਤੇ ਲੇਕਿਨ ਉਹ ਉਹਨਾਂ ਨੇ ਕੱਟਤਾ ਉੱਥੋਂ ਅੱਛਾ ਜੀ ਹਾਂ ਜਦੋਂ ਅਸੀਂ ਜਾ ਕੇ ਉਹਨਾਂ ਦੇ ਬਸਤਰ ਹੈਂਡਓਵਰ ਕੀਤੇ ਉਹਨਾਂ ਦਾ ਸਿਸਟਮ ਕੀਤਾ ਉਹਦੇ ਵਿੱਚ ਉਹਨਾਂ ਨੇ ਸਾਨੂੰ ਜਿਹੜਾ ਸਾਡੇ ਹੈਂਡਓਵਰ ਕੱਪੜੇ ਕਰਨ ਦਾ ਜਿਹੜੀ ਉਹਨਾਂ ਨੇ ਸਾਨੂੰ ਪਰਚੀ ਦਿੱਤੀ ਹੈ ਉਹਦੇ ਵਿੱਚੋਂ 307 ਧਾਰਾ ਉਹਨਾਂ ਨੇ ਕੱਟ ਦਿੱਤੀ ਨਹੀਂ ਪਰਚੀ ਦਿੱਤੀ ਆ ਕਿ ਪਰਚੇ ਦੀ ਕਾਪੀ ਦਿੱਤੀ ਹੈ ਪਰਚੇ ਦੀ ਕਾਪੀ ਦਿੱਤੀ ਹੈ ਜਿਹੜਾ ਹੈਂਡਓਵਰ ਕੀਤਾ ਨਾ ਸਮਾਨ ਅਸੀਂ ਉਹਦੇ ਵਿੱਚ ਉਹਨਾਂ ਨੇ ਧਾਰਾਵਾਂ ਲਿਖੀਆਂ ਸਨ ਸਾਰੀਆਂ ਧਾਰਾਵਾਂ ਲਿਖੀਆਂ ਨੇ ਪਰ ਉਹ ਜਿਹੜੀ ਹੈ
ਉਹਦੇ 'ਚੋਂ 307 ਕੱਟੀ ਗਈ। ਜਿਹੜੀ ਤੁਹਾਨੂੰ ਪਰਚੀ ਦਿੱਤੀ ਜਾਂ ਪਰਚੇ ਦੀ ਕਾਪੀ ਦਿੱਤੀ ਕੀ ਉਹ ਅਫੀਸ਼ੀਅਲੀ ਆ? ਬਿਲਕੁਲ ਅਫੀਸ਼ੀਅਲੀ ਹੈ ਜੀ। ਜੀ ਆਪਾਂ ਉਹ ਕਹਿ ਸਕਦੇ ਹਾਂ ਕਿ ਤਸਦੀਕ ਹੈ? ਬਿਲਕੁਲ ਤਸਦੀਕ ਜੀ। ਇੱਕ ਨਵੀਂ ਜਾਣਕਾਰੀ ਭਾਈ ਮਹਿੰਦਰ ਸਿੰਘ ਖਾਲਸਾ ਦੇ ਭਰਾ ਸਾਨੂੰ ਦੱਸ ਰਹੇ ਆ ਕਿ ਭਾਈ ਮਹਿੰਦਰ ਸਿੰਘ ਅਤੇ ਮਨਦੀਪ ਸਿੰਘ ਤੋਂ ਵੀ ਇਹਨਾਂ ਦੋ ਸਿੱਖਾਂ ਦੇ ਉੱਤੋਂ ਜਿਹੜੇ ਜੰਮੂ ਦੇ ਸਿੱਖ ਨੇ ਇਹਨਾਂ ਤੋਂ ਧਾਰਾ 307 ਜਿਹੜੀ ਆ ਉਹ ਹਟਾ ਦਿੱਤੀ ਗਈ ਆ, ਇਸ ਨੂੰ ਹਟਾਉਣ ਦੀ ਬਣਾ ਕੀ ਰਹੀ, ਪਿੱਛੇ ਕਾਰਨ ਕੀ ਰਿਹਾ? ਕਾਰਨ ਦੇਖੋ ਜੀ, ਕਿਉਂਕਿ ਇੱਕ ਤਾਂ ਪਹਿਲੀ ਗੱਲ ਤਾਂ ਮੈਂ ਸਵਾਲ ਦਾ ਕਲੀਅਰ ਕਰਦਾ ਕਿ ਇਹ ਬਿਲਕੁਲ ਪਰਚਾ ਨਜਾਇਜ਼ ਆ, ਅਤੇ ਫਿਰ ਵੀ ਜੇ ਨਜਾਇਜ਼ ਪਰਚੇ ਜੇ ਧਰਾਵਾਂ ਕੱਟੀਆਂ ਗਈਆਂ ਤਾਂ ਉਹ ਕਿਹੜੀ ਦਲੀਲ ਨਾਲ? ਇੱਕ ਗੱਲ ਤਾਂ ਹੈ ਨਾ ਜੀ, ਕਲੀਅਰ ਹੈ ਕਿ ਭਾਈ ਮਹਿੰਦਰ ਸਿੰਘ ਜਦੋਂ ਤੁਸੀਂ, ਕਿਉਂਕਿ ਇੱਕ ਗੱਲ ਬੜੀ ਕਲੀਅਰ ਕੱਟ ਆ, ਹੋਰ ਦੁਨੀਆ ਦਾ ਹਰ ਬੰਦਾ ਜਾਣਦਾ ਕਿ ਬੀਜੇਪੀ ਸਰਕਾਰ ਨੇ ਆਪ ਰਸਤੇ ਖੋਲ੍ਹੇ ਹੈ ਲਾਲ ਕਿਲ੍ਹੇ ਦੇ, ਆਪ ਰਸਤੇ ਖੋਲ੍ਹਣ ਦੇ ਬਾਵਜੂਦ ਵੀ ਜਦੋਂ ਅਗਲੇ ਜਿਹੜੇ ਨੌਜਵਾਨ ਤਕਰੀਬਨ, ਕਿਉਂਕਿ ਟਰੈਕਟਰ ਬਹੁਤ ਜ਼ਿਆਦਾ ਸਨ ਟਰੈਕਟਰ ਰੈਲੀ ਦੇ ਵਿੱਚ, ਇਹਨਾਂ ਕੋਲ ਟਰੈਕਟਰ ਨਹੀਂ ਸੀ, ਇਹਨਾਂ ਕੋਲ ਗੱਡੀ ਸੀ ਆਪਣੀ, ਕਾਰਾਂ ਨਿਕਲੀਆਂ ਹੀ 1:30-2 ਵਜੇ ਜੀ ਸਿੰਘੂ ਬਾਰਡਰ ਤੋਂ, 2 ਵਜੇ ਕਾਰਾਂ ਨਿਕਲਦੀਆਂ ਨੇ। ਤਕਰੀਬਨ ਉੱਥੇ ਕਿੰਨੇ ਵਜੇ ਪਹੁੰਚਦੇ? ਇਹ ਉੱਥੇ ਪੁੱਜਦੇ 7 ਵਜੇ, ਅਤੇ ਝੰਡਾ ਤਾਂ ਤਕਰੀਬਨ 7 ਘੰਟੇ ਪਹਿਲਾਂ ਚੜ੍ਹ ਚੁੱਕਾ ਸੀ। ਉਸ ਤੋਂ ਪਹਿਲਾਂ ਝੰਡਾ ਵੀ ਚੜ੍ਹ ਚੁੱਕਿਆ ਸੀ, ਉਸ ਤੋਂ ਪਹਿਲਾਂ ਜਿਤਨਾ ਵੀ ਕੁਛ ਹੋ ਚੁੱਕਿਆ ਦਾ ਸੀ, ਔਰ ਬਿਲਕੁਲ ਲਾਲ ਕਿਲ੍ਹਾ ਖਾਲੀ ਹੋ ਚੁੱਕਿਆ ਸੀ 7 ਵਜੇ, ਕਿਉਂਕਿ ਉੱਥੇ ਦੀ ਪੁਲਿਸ ਆਪ ਦੱਸਦੀ ਹੈ ਕਿ 5 ਵਜੇ ਤੋਂ ਬਾਅਦ ਅਸੀਂ ਖਾਲੀ ਕਰਵਾ ਦਿੱਤਾ। ਜੇ 5 ਵਜੇ ਖਾਲੀ ਹੋ ਗਿਆ ਤਾਂ ਇਹ 7 ਵਜੇ ਪਹੁੰਚਦੇ ਨੇ, ਔਰ ਕਿਲ੍ਹੇ ਦੇ ਬਾਹਰ ਰੋਡ ਤੋਂ ਖੜ੍ਹ ਕੇ ਇਹਨਾਂ ਨੇ ਇੱਕ ਫੇਸਬੁੱਕ ਦੇ ਉੱਤੇ ਪਾਇਆ ਆਪਣਾ ਕਿ ਭਾਈ ਅਸੀਂ ਇੱਥੇ ਪਹੁੰਚੇ, ਲਾਲ ਕਿਲ੍ਹੇ 'ਤੇ ਪਹੁੰਚੇ। ਭਾਈ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਅੰਦਰ ਅਸੀਂ ਹੰਗਾਮਾ ਕਰਨ ਲਈ ਪਹੁੰਚੇ, ਕਿਉਂਕਿ ਤੁਸੀਂ ਰਸਤਾ ਖੋਲ੍ਹਿਆ ਅਤੇ ਉਹ ਪੁੱਜੇ ਹਰ ਦੁਨੀਆ ਦਾ, ਕਿਉਂਕਿ ਪਿੱਛੇ ਜਿਹੜਾ ਬੰਦਾ ਹੁੰਦਾ ਉਹ ਤਾਂ ਦੇਖਦਾ ਭਾਈ ਜਿੱਧਰ ਟਰੈਕਟਰ ਜਾ ਰਹੇ ਨੇ ਅਸੀਂ ਉੱਧਰ ਹੀ ਜਾਣਾ, ਨਾਲੇ ਪਹੁੰਚਣ 'ਤੇ ਕੋਈ ਰੋਕ ਵੀ ਨਹੀਂ, ਰੋਕ ਵੀ ਨਹੀਂ ਹੈ। ਫਿਰ ਵੀ ਗੱਲ ਕਰਦਾ ਕਿ ਜਿੱਧਰ ਨੂੰ ਤੁਸੀਂ ਰਸਤਾ ਖੋਲ੍ਹ ਦਿੱਤਾ, ਗੱਡੀਆਂ ਸਾਰੀਆਂ ਜਾ ਰਹੀਆਂ ਨੇ, ਅਤੇ ਹੁਣ ਕਾਫਲੇ ਨੂੰ ਥੋੜ੍ਹੀ ਪਤਾ, ਕਿਉਂਕਿ ਜਿਹੜਾ ਜੰਮੂ ਤੋਂ ਗਿਆ ਉਹਨੂੰ ਦਿੱਲੀ ਦੀ ਤਾਂ ਵਾਕਫੀਅਤ ਕੋਈ ਨਹੀਂ, ਅਤੇ ਜਦੋਂ ਉਹ ਇੱਕ ਅੱਗੇ ਅਗਲੀ ਗੱਡੀ ਨੂੰ ਦੇਖਦਾ, ਉਸ ਗੱਡੀ ਦੇ ਪਿੱਛੇ ਦੂਜੀ ਗੱਡੀ ਜਾ ਰਹੀ ਹੈ, ਗੱਡੀ ਦੇ ਪਿੱਛੇ ਗੱਡੀ ਜਾ ਰਹੀ ਹੈ, ਅਤੇ ਹਰ ਬੰਦੇ ਨੂੰ ਇਹੀ ਹੈ ਭਾਈ ਰਸਤਾ ਇਹੀ ਹੈ, ਸਾਡਾ ਰੂਟ ਇਹੀ ਹੈ। ਰੂਟ ਦਾ ਤਾਂ ਜੇ ਕਿਤੇ ਰੂਟ ਵਿਗੜਿਆ ਤਾਂ ਉਹ ਵਿਗੜਿਆ ਤਕਰੀਬਨ 12 ਵਜੇ 11:30 ਵਜੇ, ਜਦੋਂ ਇਹਨਾਂ ਨੇ ਪੁਲਿਸ ਨੇ ਅੱਗੋਂ ਬੰਦ ਕਰਤਾ ਮੇਨ ਰੂਟ ਬੰਦ ਕਰਕੇ, ਅਤੇ ਦੂਸਰਾ ਰੂਟ ਖੋਲ੍ਹਿਆ ਲਾਲ ਕਿਲ੍ਹੇ ਦਾ, ਅਤੇ ਪੁਲਿਸ ਖੁਦ ਖੋਲ੍ਹ ਰਹੀ ਹੈ। ਅਤੇ ਮੈਂ ਹੈਰਾਨ ਹੁੰਦਾ ਕਿ ਜਦੋਂ ਅਸੀਂ ਵੀਡੀਓ 'ਤੇ ਤਾਂ ਦੇਖਦੇ ਹਾਂ ਨਾ ਜੀ, ਵੀਡੀਓ 'ਤੇ ਦੇਖਦੇ ਹਾਂ ਭਾਈ 5-7 ਬੰਦੇ ਜਿਹੜੇ ਆ ਪੁਲਿਸ ਵਾਲੇ ਲੱਗੇ ਆ, ਉਹ ਇੱਕ ਪਾਸਾ ਬੰਦ ਕਰਕੇ ਦੂਜੇ ਪਾਸੇ ਲੋਕਾਂ ਨੂੰ ਭੇਜੀ ਜਾ ਰਹੇ ਲਾਲ ਕਿਲ੍ਹੇ ਵੱਲ, ਅਤੇ ਫਿਰ ਮੁੜ ਕੇ ਅਸੀਂ ਕਹਿੰਦੇ ਹਾਂ ਜੀ ਕਿ ਇਹ ਲਾਲ ਕਿਲ੍ਹੇ ਵੱਲ ਧੱਕੇ ਨਾਲ ਗਏ। ਅਤੇ ਮੈਂ ਉੱਥੇ ਉਹਨਾਂ ਨੂੰ ਸਵਾਲ ਵੀ ਕੀਤਾ ਸੀ, ਮਿਸਟਰ ਅਰੋੜਾ ਪੰਕਜ ਅਰੋੜਾ ਨੇ, ਮੈਂ ਉਹਨਾਂ ਨੂੰ ਸਵਾਲ ਕੀਤਾ ਸੀ, ਮੈਂ ਭਾਅ ਜੀ ਮੈਨੂੰ ਇੱਕ ਗੱਲ ਦੱਸਣਾ ਕਰੋ ਭਾਈ, ਜੇ ਤੁਹਾਡੀ ਪੁਲਿਸ ਨੇ ਆਹ ਕੰਮ ਨਹੀਂ ਕੀਤਾ, ਤੁਸੀਂ ਕਹਿੰਦੇ ਹੋ ਜੀ ਪੁਲਿਸ ਨੇ ਨਹੀਂ ਕੀਤਾ, ਗੌਰਮੈਂਟ ਨੇ ਨਹੀਂ ਕੀਤਾ, ਤਾਂ ਮੈਨੂੰ ਦੱਸੋ ਲਾਲ ਕਿਲ੍ਹਾ ਤਾਂ ਹਮੇਸ਼ਾ ਬੰਦ ਰਹਿੰਦਾ, ਉਹ ਤਾਂ ਤਾਲੇ ਲੱਗੇ ਹੁੰਦੇ, ਉਸ ਦਿਨ ਕਿਵੇਂ ਖੁੱਲ੍ਹ ਗਏ, ਉੱਥੇ ਬੈਰੀਗੇਟ ਕਿੱਦਾਂ ਚੁੱਕੇ ਗਏ? ਚਲੋ 2-4 ਬੈਰੀਗੇਟ ਤਾਂ ਇਹਨਾਂ ਨੇ ਚੁੱਕੇ ਹੋਣਗੇ ਮੰਨ ਲੈਂਦੇ ਹਾਂ ਭਾਈ ਕਿਸਾਨਾਂ ਨੇ ਚੁੱਕੇ, ਅਤੇ ਬਾਕੀ ਤਾਂ ਲਾਲ ਕਿਲ੍ਹੇ ਦਾ ਲੋਹੇ ਦਾ ਗੇਟ ਹੈ, ਉਹ ਨਾ ਤਾਂ ਟੁੱਟ ਸਕਦਾ, ਉਹਦੇ ਉੱਪਰੋਂ ਵੀ ਜਾਣ ਦੀ ਜੇ ਤੁਸੀਂ ਛੂਟ ਦਿੱਤੀ ਹੈ ਤਾਂ ਹੀ ਕੋਈ ਚੜਿਆ ਨਾ ਜੀ, ਬੰਦਾ ਉੱਪਰੋਂ ਜੇ ਚੜੂਗਾ ਤਾਂ 2 ਬੰਦੇ ਚੜਨਗੇ, 3 ਬੰਦੇ ਚੜਨਗੇ, ਇਕੱਠਾ 100 ਬੰਦਾ ਤਾਂ ਜਾ ਨਹੀਂ ਸਕਦਾ ਗੇਟ ਤੋਂ। ਫਿਰ ਉਹਦਾ ਕੀ ਕਹਿਣਾ? ਕਿਤੇ ਨਾ ਕਿਤੇ ਉਹ ਕਹਿਣ ਲੱਗਾ ਨਹੀਂ ਜੀ ਇਹ ਤਾਂ ਸਾਡੇ ਕੋਲ ਸਬੂਤ ਨੇ ਜੀ, ਇਹਨਾਂ ਨੇ ਗੇਟ ਤੋੜ ਦਿੱਤਾ, ਇਹਨਾਂ ਨੇ ਗੇਟ ਤੋੜਿਆ, ਗੇਟ ਤੋੜ ਕੇ ਅੰਦਰ ਵੜੇ ਨੇ। ਮੈਂ ਜੀ ਠੀਕ ਹੈ, ਜੇ ਤੁਹਾਨੂੰ ਇਸ ਤਰ੍ਹਾਂ ਵੀ ਮਹਿਸੂਸ ਹੋਇਆ ਚਲੋ ਉਹ ਵੀ ਮੰਨ ਲੈਂਦੇ ਹਾਂ, ਜੇ ਤੋੜਿਆ ਫਿਰ ਜਿਨ੍ਹਾਂ ਨੇ ਤੋੜਿਆ ਉਹਨਾਂ ਨੂੰ ਕਾਬੂ ਕਰੋ, ਫਿਰ ਆਮ ਪਬਲਿਕ ਨੂੰ ਕਿਉਂ ਪਰੇਸ਼ਾਨ, ਨਾ ਕਿ ਤਸਵੀਰ ਖਿਚਾਉਣ ਵਾਲੇ ਨੂੰ, ਨਾ ਕਿ ਉੱਥੇ ਜਿਹੜਾ ਬਾਹਰ ਖੜ ਕੇ ਤਸਵੀਰ ਖਿਚਾ ਰਿਹਾ, ਲਾਲ ਕਿਲ੍ਹੇ ਦੀ ਤਸਵੀਰ ਖਿੱਚਣੀ ਕਿਤੇ ਮਨਾ ਤਾਂ ਨਹੀਂ ਹੈ? ਅਤੇ ਜੇ ਉਹਨਾਂ ਨੇ ਤਸਵੀਰ ਖਿਚਾਈ ਹੈ ਕਹਿਣ ਲੱਗੇ ਨਹੀਂ ਜੀ ਇਹ ਤਾਂ ਹੁਣ ਇੱਦਾਂ ਹੀ ਹੈ ਜੀ, ਅਸੀਂ ਇਨਕੁਆਇਰੀ ਕਰਾਂਗੇ ਫਿਰ ਸਾਰਾ ਸਿਸਟਮ ਬਣਾਵਾਂਗੇ। ਕੁੱਲ ਮਿਲਾ ਕੇ ਜਿੱਥੇ ਤੱਕ ਸਾਰੀ ਵਾਰਦਾਤ ਹੋਈ ਹੈ, ਕਿਉਂਕਿ ਇਹ ਨਜਾਇਜ਼ ਹੈ, ਇਹ ਬਿਲਕੁਲ ਨਜਾਇਜ਼ ਕੀਤਾ ਗਿਆ ਸਾਡੇ ਨਾਲ, ਔਰ ਇੱਕ ਕੀਰਤਨੀਆਂ ਦੇ ਨਾਲ ਵੀ ਧੱਕਾ ਕੀਤਾ ਗਿਆ। ਅਤੇ ਦੂਸਰਾ ਮੈਂ ਤਾਂ ਇਹ ਮਹਿਸੂਸ ਕਰਦਾ ਕਿ ਹੋ ਸਕਦਾ, ਕਿਉਂਕਿ ਐਜ਼ ਏ ਸਿੱਖ ਹੋਣ ਦਾ ਜੇ ਇਹ ਗੁਣਾ ਹੈ ਤਾਂ ਫਿਰ ਉਹਨਾਂ ਦਾ ਗੁਣਾ ਹੋ ਸਕਦਾ, ਕਿਉਂਕਿ ਸਿੱਖ ਨੇ, ਜੇ ਹਿੰਦੁਸਤਾਨ ਸਰਕਾਰ ਸਮਝਦੀ ਹੈ ਭਾਈ ਸਿੱਖ ਗੁਣਾਗਾਰ ਨੇ, ਅਤੇ ਫਿਰ ਐਜ਼ ਏ ਭਾਈ ਮਹਿੰਦਰ ਸਿੰਘ ਖਾਲਸਾ ਸਿੱਖ ਨੇ ਅਤੇ ਉਹ ਗੁਣਾਗਾਰ ਹੋ ਸਕਦੇ ਨੇ ਜੀ। ਜਦੋਂ ਮੁਲਾਕਾਤ ਹੋਈ ਤਾਂ ਉਹਨਾਂ ਨੇ ਕੁਛ ਤੁਸੀਂ ਉਹਨਾਂ ਨੂੰ ਦੱਸਿਆ ਹੀ ਹੋਊਗਾ ਕਿ ਉਹਨਾਂ ਦੇ ਹੱਕ 'ਚ ਇੰਨਾ ਸਮਰਥਨ ਮਿਲਣ? ਬਿਲਕੁਲ, ਅਸੀਂ ਉਹਨਾਂ ਨੂੰ ਦੱਸਿਆ। ਉਹਨਾਂ ਦਾ ਕੀ ਕਹਿਣਾ ਸੀ? ਉਹ ਕਹਿੰਦੇ ਜੀ ਅਸੀਂ ਦੇਖਿਆ, ਅਸੀਂ ਮੀਡੀਆ 'ਤੇ ਦੇਖ ਲਿਆ ਜੀ ਜੋ ਕੁਛ ਹੋਇਆ, ਉਹਨਾਂ ਤੱਕ ਖਬਰਾਂ ਪਹੁੰਚ, ਪਰ ਮੈਂ ਤੁਸੀਂ ਸਾਨੂੰ ਕਿਉਂ ਨਹੀਂ ਦੱਸ ਕੇ ਲੈ ਕੇ ਆਏ, ਤੁਸੀਂ ਸਾਨੂੰ ਸੱਦ ਦੇ, ਅਸੀਂ ਰੋਕਣਾ ਨਹੀਂ ਸੀ ਤੁਹਾਨੂੰ, ਜੇ ਉਹਨਾਂ 'ਤੇ ਕੇਸ ਸਨ ਤਾਂ ਕੇਸ ਦੇ ਵਿੱਚ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ, ਪੁਲਿਸ ਦੇ ਨਾਲ ਅਸੀਂ ਕੋਈ ਹੱਥੋਂ ਪਾਈ ਥੋੜ੍ਹੀ ਕਰਨੀ ਸੀ, ਤੁਸੀਂ ਉਹਨਾਂ ਦੀ ਦਵਾਈ ਬੂਟੀ, ਉਹਨਾਂ ਦੇ ਕੱਪੜੇ, ਅਸੀਂ ਆਪਣਾ ਅੰਮ੍ਰਿਤਧਾਰੀ ਸਿੰਘ ਹੈਗੇ ਨਾ, ਉਹ ਡੇਲੀ ਉਹਨਾਂ ਨੇ ਇਸ਼ਨਾਨ ਕਰਨਾ ਹੁੰਦਾ, ਉਹਨਾਂ ਦੇ ਕਸ਼ਹਿਰਾ ਭਰਨਾ, ਉਹਨਾਂ ਦਾ ਹੋਰ ਸਿਸਟਮ ਹੁੰਦਾ ਨਾਲ, ਤੁਸੀਂ ਮੈਂ ਬਿਨਾਂ ਦੱਸਿਓ ਬਿਨਾਂ ਕਿਸੇ ਕਾਰਨ ਤੁਸੀਂ ਤਾਂ ਮੈਂ ਉਹਨਾਂ ਨੂੰ ਮੇਰੇ ਖਾਤੇ ਵਿੱਚ ਤੁਸੀਂ ਉਹਨਾਂ ਨੂੰ ਕਿਡਨੈਪ ਕਰਕੇ ਲੈ ਕੇ ਆਏ, ਇਹ ਤਾਂ ਬਿਲਕੁਲ ਕਲੀਅਰ ਹੈ, ਕਿਉਂਕਿ ਔਰ
जम्मू के भी प्रशासन को कि भाई एस पी की ड्यूटी बनती सी कि वो ट्रेजरी इतों उन्होंने लेंदा रिमांड जी फिर उन्होंने भेजा जाता सी ट्रेजरी रिमांड लैन तो बिना किदा उन्होंने भेज दिता गया और सुप्रीम कोर्ट का आर्डर है हर थाने के लगे तुम थाने भी जाए कि देखियो हर थाने के लिखा है कि पहला ट्रेजरी रिमांड लिया जाता है फिर बंदे नूं दूसरे स्टेट च भेजा जाता है पर इतने कोई रिमांड की गल ही नहीं 8 बजे बुला के 10 बजे दिल्ली नूं तोर दिता जाता है। मैं हैरान हाँ कि पुलिस अफसरां नूं इह तो उन्होंने कानून नहीं तोड़िया उन्होंने कानून की उलंघना नहीं की। जे एक सिख लाल किले ते पहुँच के उलंघना का हकदार बन जाता जी कि उलंघना की है तो फिर मैं एक चीज़ पूछना चाहता सरकार तो भी कि जदों इतों एस पी एक जिम्मेवार अफसर है वो इतों जदों भेजदा अपने स्टेट तो किसी मुजरम बाहर भेजद वो ट्रेजरी रिमांड तो बिना किदा भेज सकता ये तो बहुत बड़ी गल है। बिल्कुल अगली गल करिए आप किसान संयुक्त मोर्चे के आगू बारे थोड़े भरा जी हुणा नूं दिन तकरीबन 7-8 हो चुके हैं घरों गया पुलिस इतों बड़े गैर कानून तरीके नजायज़ मुकदमे ले जाती है। जिहड़ा संयुक्त मोर्चा चल रहा उतों के किसी एक आगू ने कोई फोन किया हो संपर्क बनाया हो साडे नाल किसी का राबता नहीं होया आपां एवें कह दिए मेरा सिर्फ तो सिर्फ राबता है मनजिंदर सिंह सरसा जी दे नाल है उन्हां दी टीम नाल है जो लीगल टीम उन्होंने बिठाई है उन्हां नाल साडा राबता है पर किसान मोर्चे विचों सानू किसी का कोई फोन नहीं है। ये गल बहुत गंभीर है क्योंकि भाई मिंदर सिंह जम्मू की धरती तो जम्मू कश्मीर की नुमाइंदगी वजो किसान संघर्ष का हिस्सा हैं उन्होंने नजायज़ मुकदमा पैंदा ते किसे भी एक भी जिम्मेवार किसान आगू का इन्हों परिवार तक कोई संपर्क ना बनना कोई हाल तक ना पुछना ये बड़ा दुखदाई है। ये गल्लां तुसी सारे जिहड़े सानू सुन रहे हो ये नोट करके चाहे छोटा क्लिप बना के इस इन्नी गल्लबात का किसान आगुआ तक पहुँचाओ वो चाहे किसी भी जथेबंदी नाल संबंधित होण कि जे तुसी किसान संघर्ष दे विच जिहड़े बंदे कुर्बानी कर रहे हैं जिहड़े पिछले 7-8 दिनों तो स्टेट का ये जबर चल रहा अजे खौरे कहता दिता गया कि हफ्ते तक जमानत हो जाए आस तां करदे आ जे समा वध लगदा इस तों अगे मुकदमे का कोई पता नहीं किन्ने साल चले सो ये गल लंबी आ ते जे इस तरीके नाल जे मुढ़ले दिनों दे विच किसान संघर्ष नूं चलाउण वाले आगू जिहड़े ने वो एक अपने आप दे विच विथ बना के रखते इन बंदियां नाल जिहड़े कुरबानी कर रहे तो फिर ये संघर्ष लई चंगा नहीं इन्हां नूं ये जिम्मेवारी सांभणी चाहीदी है तां जो किसी भी तरह की ये सिख ने बड़ी चढ़दी कला वाली बाणी पढ़न बाणी गाउण वाले सिख ने इन्हां ने निराशता च नहीं आउणा पर जे इन्हां थां ते कोई होर होया तो वो निराशता जा सकता। सो उन्हां नूं असीं गुजारिश करदे हां कि तुसीं बहुत ही संजीदगी दे नाल इस गल नूं सोचो तो लोग भी सोचण कि जिहा क्यों होया ये गैप क्यों आ ये एक कम्युनिकेशन गैप भी कह सकते जां एक बेगानगी वर्गी गल इस तरह नहीं होनी चाहिए। सो जदों तुसीं गलबात कीती आ भाई मिंदर सिंह हुणा नाल सानूं उन्हां दी गल कोई जरूर दसो उन्हां दा कोई साढ़े सारयां तक संदेश किसान संघर्ष बारे संदेश कुछ। देखो उन्होंने कहा कि मोर्चा जिहड़ा है ते असीं उहदे समर्थक हां ते समर्थक रहांगे जी क्योंकि वो साडा हक है तो हक असीं करना है। बाकी उन्होंने सारे ही जितने भी नौजवान वीरां ने इत्थे प्रोटेस्ट किया सी और जिन्ने साडे नाल इसलिए चल रहे ने उन्हां सारयां दा उन्होंने धन्यवाद किया और उन्होंने फतेह उन्होंने अर्ज की सी कि सारयां नूं फतेह बुला देनी है और असीं आके जिहड़ा भी कोई सिंह फोन करदा असीं उन्हां नूं दसदे आ। बाकी भाई साहब चढ़दी कला विच ने कोई ऐसी गल नहीं क्योंकि सतगुरु के कीर्तनी ने वह भी जानते हैं अपना इतिहास उन्होंने पढ़िया है लोगों को सुनाया सुनाया जी सारा जीवन जो सुनाया तो अज हंडाना पै रहा तो कोई वड्डी गल नहीं जी जी बिल्कुल ये जो गुरु के सिख उत्ते कोई यहोजी यहोजा सबब बन जाता तो बड़ी अडोलता दे नाल एक उदाहरण स्थापित करया करते हैं तो यही उदाहरण ही ये दोवें सिख जिहड़े जम्मू दे आ भाई मिंदर सिंह खालसा ਅਤੇ ਭਾਈ ਮਨਦੀਪ ਸਿੰਘ ਗੁਰੂ ਕੇ ਸਿੱਖ ਨੇ ਦੋਵੇਂ ਇਹ ਸੋਹਣੀ ਉਦਾਹਰਣ ਸਥਾਪਿਤ ਆਉਣ ਵਾਲੇ ਸਮੇਂ 'ਚ ਵੀ ਕਰਨਗੇ। ਸੋ ਤਕਰੀਬਨ ਆਪਣੀਆਂ ਗੱਲਾਂ ਬਾਤਾਂ ਕੰਪਲੀਟ ਹੋ ਚੁੱਕੀਆਂ ਅਤੇ ਕੱਲ੍ਹ ਤੁਸੀਂ ਇੱਥੇ ਲੋਕਲ ਇੱਕ ਉੱਚ ਅਫਸਰ ਨੂੰ ਕੋਈ ਚਿੱਠੀ ਪੱਤਰ ਦੇਣ ਜਾ ਰਹੇ ਹੋ? ਹਾਂਜੀ ਕੱਲ੍ਹ ਸਾਡੇ ਇੱਥੋਂ ਦੇ ਜਿਤਨੇ ਵੀ ਪਤਵੰਤ ਸੱਜਣ ਨੇ ਸਾਰੇ ਜੀ ਉਹਨਾਂ ਨੇ ਕੱਲ੍ਹ ਡਿਪਕਮ ਨੂੰ ਲੈਟਰ ਦੇਣਾ ਮੈਮੋਰੈਂਡਮ ਦੇਣਾ ਉਹ ਤਕਰੀਬਨ ਉਹਨਾਂ ਦਾ ਟਾਈਮ ਇਹ ਕੋਈ ਡਿਵੀਜ਼ਨਲ ਕਮਿਸ਼ਨਰ ਹੁੰਦੇ ਹਾਂ ਜੀ ਡਿਵੀਜ਼ਨਲ ਕਮਿਸ਼ਨਰ ਨੇ ਅਤੇ ਉਹਨਾਂ ਨੂੰ ਦੇਣਾ
तो उन्होंने साढ़े नाले ए डी सी साहब ने साढ़े को अज का उन्होंने टाइम है लास्ट उन्होंने दसना सी हूँ कल तक जो वह नहीं दसते तो फिर असी मैमोरेंडम जोड़ा है डिपकम देवे दूसरा कल शाम को 4 बजे क्योंकि पिछले तुसी मीडिया से आप बैठे हाँ मैं सारे वीर जम्मू कश्मीर के खास करके जम्मू के वीर बेनती करना चाहाँगा कल श्रोमणी गुरमत रागी ग्रंथी सभा जम्मू कश्मीर वालों कल शाम को 4 बजे असी इतने एक प्रेस कॉन्फ्रेंस रखी है गुरुद्वारा साहबजादा गुरुद्वारा बाबा साहबजादा बाबा फतेह सिंह गांधी नगर विखे सारे अपील करा वध चढ़ के इतने आन अपने अपने विचार देन ताकि अगला प्रोग्राम जी उलीक सके जी सो यही एक तरीका हों कि जोड़े सिख ने वो मिल बह के एक केंद्रीय नुक्ते वजों गल की गल लभ लेंगे फिर उसके उत्ते साझी राय बना के चलते हैं सो एक बहुत लफ्जा के भी गल लभ लिया जाती है कि इस तरीके काम किए जाते हैं सो तुसी गलबात की बहुत धन्यवाद करदा जी आओ साझे रूप से फतेह जाइए वाहेगुरू जी का खालसा वाहेगुरू जी की फतेह।